ਅੰਮ੍ਰਿਤਸਰ ਸਾਹਿਬ ਵਿਖੇ ਮਹਿਲਾ ਕਾਂਗਰਸ ਵੱਲੋਂ ਵਧੀ ਸਿਲੰਡਰਾਂ ਦੀ ਮਹਿੰਗਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਸਿਲੰਡਰਾਂ ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਗਾ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਕਾਂਗਰਸ ਦੀ ਮਮਤਾ ਦੱਤਾ ਨੇ ਮੋਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਸਾਰੇ ਵਾਅਦੇ ਝੂਠੇ ਨਿਕਲ ਰਹੇ ਨੇ। ਮਹਿਲਾਵਾਂ ਦੀ ਮੰਗ ਹੈ ਕਿ ਸਿਲੰਡਰਾਂ ਦੀ ਕੀਮਤ ਘੱਟ ਕੀਤੀ ਜਾਵੇ, ਜੇਕਰ ਘੱਟ ਨਾ ਕੀਤੀ ਗਈ ਤਾਂ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਅਸੀਂ ਕੀਤਾ ਹੈ ਜੀ ਪ੍ਰੋਟੈਸਟ ਕੀਤਾ ਹੈ, ਜਿਹੜਾ ਸਿਲੰਡਰਾਂ ਦੀ ਜਿਹੜੀ ਇਹਨਾਂ ਨੇ ਕੀਮਤ ਫਿਰ ਵਧਾ ਦਿੱਤੀ ਹੈ ਮੋਦੀ ਸਰਕਾਰ ਨੇ। ਮੈਂ ਸਮਝਦੀ ਹਾਂ ਮੋਦੀ ਸਰਕਾਰ ਨੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਅੱਜ ਤੱਕ ਇੰਨਾ ਕਦੀ ਵੀ ਦੇਸ਼ ਦੀ ਅਰਥਵਿਵਸਥਾ ਖਰਾਬ ਨਹੀਂ ਹੋਈ ਜਿੰਨੀ ਹੁਣ ਚੱਲਦੀ ਪਈ ਹੈ। ਚਾਹੇ ਉਹ ਤੁਸੀਂ ਡੀਜ਼ਲ ਦੀ ਕੀਮਤ ਲੈ ਲਓ, ਪੈਟਰੋਲ ਦੀ ਲੈ ਲਓ, ਨੋਟਬੰਦੀ ਲੈ ਲਓ, GST ਲੈ ਲਓ, ਕਿਹੜਾ ਕੰਮ ਹੈ ਜਿਹੜਾ ਇਹਨਾਂ ਨੇ ਕੋਈ ਮੈਂ ਕਹਿੰਦੀ ਸੱਤਿਆਨਾਸ਼ ਕਰਕੇ ਰੱਖ ਦਿੱਤਾ ਇਹਨਾਂ ਨੇ। ਔਰ ਖਾਸ ਕਰਕੇ ਸਾਡੀਆਂ ਜਿਹੜੀਆਂ ਇਹ ਅਸੀਂ ਅੱਜ ਸਿਲੰਡਰਾਂ ਦਾ ਕੀਤਾ, ਸਭ ਤੋਂ ਜ਼ਿਆਦਾ ਮੁਸ਼ਕਿਲ ਜਿਹੜੀ ਸਾਡੀਆਂ ਮਹਿਲਾਵਾਂ ਨੂੰ ਆਉਂਦੀ ਜਿਹੜੀ ਰਸੋਈ ਚਲਾਉਂਦੀਆਂ ਨੇ, ਕਿਉਂਕਿ ਜਿਹੜਾ ਸਿਲੰਡਰ ਦੀ ਇੰਨੀ ਜ਼ਿਆਦਾ ਕੀਮਤ ਹੋ ਗਈ ਉਹ ਹਰ ਕਦੇ ਵੱਸ ਦੀ ਗੱਲ ਨਹੀਂ ਰਹੀ, ਪਰ ਖਾਣਾ ਤਾਂ ਸਾਡੀਆਂ ਭੈਣਾਂ ਨੇ ਬਣਾਉਣਾ, ਉਹ ਪਰਿਵਾਰ ਦਾ ਪੇਟ ਪਾਲਦੀਆਂ ਨੇ, ਸਿਲੰਡਰ ਨੂੰ ਯੂਜ਼ ਕਰਕੇ ਰੋਟੀ ਬਣ ਕੇ ਸਾਡਾ ਸਭ ਕੁਝ ਹੁੰਦਾ। ਔਰ ਮੈਂ ਸਮਝਦੀ ਹਾਂ ਕਿ ਜੇ ਇਹਨਾਂ ਨੇ ਨਾ ਵਾਪਸ ਲਿੱਤੀਆਂ ਇਹ ਸਾਡੀਆਂ ਮਹਿਲਾਵਾਂ ਇਸੇ ਤਰੀਕੇ ਦੇ ਨਾਲ ਪ੍ਰੋਟੈਸਟ ਜਿਹੜੇ ਕਰਦੀਆਂ ਰਹਿਣਗੀਆਂ। ਔਰ ਮੈਂ ਇਹ ਗੱਲ ਦਾ ਜਿਹੜੇ ਮੋਦੀ ਸਰਕਾਰ ਗੂੰਗੀ ਅਤੇ ਬੋਲੀ ਸਰਕਾਰ ਹੈ, ਬਿਲਕੁਲ ਇਹਨਾਂ ਨੇ ਜਿਹੜੇ ਝੂਠੇ ਵਾਅਦੇ ਕੀਤੇ ਸੀ ਅਕਾਊਂਟਸ ਦੇ ਵਿੱਚ ਪੈਸੇ ਪਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਕੁਛ ਵੀ ਇਹਨਾਂ ਨੇ ਕਰਕੇ ਨਹੀਂ ਦਿਖਾਇਆ। ਮੋਦੀ ਜੀ ਨੂੰ ਪੁੱਛ ਕੇ ਵੇਖੋ ਕਿ ਤੁਸੀਂ ਹਵਾ ਦੇ ਵਿੱਚ ਗੱਲਾਂ ਕਰਦੇ ਹੋ, ਅਸਲੀ ਗਰਾਊਂਡ ਲੈਵਲ ਤੋਂ ਕਰਕੇ ਦੇਖੋ ਦੇਸ਼ ਦੇ। ਇਹ ਜਿਹੜੀ ਜਨਤਾ ਸਾਡੀ ਦੇਸ਼ ਦੀ 2019 ਦੇ ਵਿੱਚ ਇਹਨਾਂ ਦੇ ਸਭ ਲਾਰਿਆਂ ਦਾ ਜਵਾਬ ਜਿਹੜਾ ਦੇਗੀ। ਔਰ ਕਾਂਗਰਸ ਦੀ ਸਰਕਾਰ ਦੇ ਵੀ ਸਾਡੇ ਕੋਈ ਵੀ ਜਿਹੜੇ ਨੌਜਵਾਨ ਸੀ ਬਾਹਰ ਨਹੀਂ ਸੀ ਜਾਂਦੇ ਹੁੰਦੇ, ਲੇਕਿਨ ਹੁਣ ਅੱਜ ਦੇਖੋ ਹਰ ਕੋਈ ਬੱਚਾ ਸਾਡਾ ਬਾਹਰ ਜਾਣਾ ਚਾਹ ਰਿਹਾ। ਕਿਉਂ ਜਾਣਾ ਚਾਹ ਰਿਹਾ? ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਉਹਨਾਂ ਮਾਂ ਬਾਪ ਦੀ ਜਾ ਕੇ ਹਾਲਤ ਅਵਸਥਾ ਪੁੱਛੋ, ਜਿਨ੍ਹਾਂ ਦਾ ਇੱਕੋ ਇੱਕ ਬੱਚਾ ਹੁੰਦਾ ਤਾਂ ਉਹ ਵੀ ਕਹਿੰਦਾ ਜੀ ਮੈਂ ਬਾਹਰ ਜਾਣਾ। ਕਿਉਂ ਜਾਣਾ? ਕਿਉਂਕਿ ਮੋਦੀ ਸਰਕਾਰ ਨੇ ਕੁਛ ਵੀ ਕਰਕੇ ਨਹੀਂ ਦਿੱਤਾ, ਜੋ ਇਹਨਾਂ ਨੇ ਝੂਠੇ ਲਾਰੇ ਲਗਾ ਕੇ ਦਿੱਤੇ। ਅੱਜ ਸਾਡੇ ਦੇਸ਼ ਦੀ ਆਰਥਿਕ ਅਵਸਥਾ ਦੇਖ ਲਓ ਇਸੇ ਕਰਕੇ ਕਿੰਨੀ ਪਿੱਛੇ ਜਾ ਚੁੱਕੀ ਹੈ। ਔਰ ਕਿਸੇ ਕੋਲੋਂ ਵੀ ਤੁਸੀਂ ਪੁੱਛ ਕੇ ਦੇਖੋ, ਇਹਨਾਂ ਨੂੰ ਪੁੱਛੋ ਇਹਨਾਂ ਨੇ ਜਿਹੜੀ ਵੀ ਕਿਸੇ ਗੱਲ ਦਾ ਵਾਅਦਾ ਕੀਤਾ ਕਦੋਂ ਪੂਰਾ ਕੀਤਾ? ਜੇ ਰਫੇਲ ਦੀ ਡੀਲ ਹੈ ਤਾਂ ਉਹ ਇਹਨਾਂ ਨੇ ਸਾਡੇ ਦੇਸ਼ ਦੇ ਲੋਕਾਂ ਦੇ ਪੈਸੇ ਨੂੰ ਬਾਹਰ ਭੇਜ ਦਿੱਤਾ। ਔਰ ਮੈਂ ਸਮਝਦੀ ਹਾਂ ਇਹਨਾਂ ਕੋਲ ਜਵਾਬ ਤਾਂ ਦਿਓ, ਸਾਹਮਣੇ ਖੜੇ ਹੋ ਕੇ। ਸਿਰਫ ਗੱਲਾਂ ਨਾਲ ਨਹੀਂ ਦੇਸ਼ ਚੱਲਦਾ, ਕੰਮਾਂ ਦੇ ਨਾਲ ਦੇਸ਼ ਚੱਲਦਾ। ਔਰ ਇਹ ਸਾਰੀਆਂ ਗੱਲਾਂ ਦਾ ਜਵਾਬ ਇਹਨਾਂ ਨੂੰ ਬੜੀ ਜਲਦੀ ਜਿਹੜਾ ਮਿਲ ਜਾਏਗਾ। ਇਸ ਗੱਲ ਦੀ ਚੇਤਾਵਨੀ ਦਿੱਤੀ। ਕਾਂਗਰਸ ਦੇ ਟਾਈਮ ਦੇ ਵਿੱਚ ਕੀ ਸੀ ਗੈਸ ਦਾ ਰੇਟ ਤੇ ਹੁਣ ਕੀ ਰੇਟ ਹੈ ਇਸ ਵੇਲੇ? ਹੁਣ ਰੇਟ ਬਹੁਤ ਵੱਧ ਗਿਆ ਜੀ। ਕਾਂਗਰਸ ਦੇ ਟਾਈਮ ਦੇ ਵਿੱਚ ਉਹ ਜਿਹੜੀ ਕਾਂਗਰਸ ਪਾਰਟੀ ਹਰੇਕ ਦੇ ਹਿੱਤ ਦੀ ਕੰਮ ਕਰਦੀ, ਹਰੇਕ ਦੇ ਹਿੱਤ ਦੀ ਗੱਲ ਕਰਦੀ ਹੈ, ਪਰ ਇਹ ਜਿਹੜੀ ਹੈ ਉਦੋਂ ਬਿਲਕੁਲ ਹੁਣ ਜਿਹੜਾ ਹੁਣ ਤੇ ਸੱਤਿਆਨਾਸ਼ ਹੋ ਕੇ ਰਹਿ ਗਿਆ। ਸਿਰਫ ਸਿਲੰਡਰਾਂ ਦੀ ਕੀਮਤਾਂ ਦਾ ਨਹੀਂ, ਹੋਰ ਵੀ ਜਿਹੜੀ ਕੀਮਤ ਹੈ ਹਰ ਚੀਜ਼ ਦੀਆਂ ਨਾਲੇ ਸਮਾਨ ਮਹਿੰਗੀਆਂ ਮਹਿੰਗਾਈ ਵੱਧ ਗਈ ਹੈ। ਹੁਣ ਸਿਲੰਡਰ ਦੀ ਕੀਮਤ ਜਿਹੜੀ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ, ਜਿਹੜੇ ਕਿ ਆਮ ਸਾਡੀਆਂ ਮਹਿਲਾਵਾਂ ਦੇ ਸੋਚ ਦੇ ਉੱਪਰ ਦੀ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ। ਸਭ ਤੋਂ ਪਹਿਲੇ ਮੈਂ ਇਹੀ ਗੱਲ ਕੀਤੀ ਹੈ ਜੀ, ਮਹਿਲਾਵਾਂ ਤੋਂ ਵੱਧ ਇਹ ਗੱਲ ਨੂੰ ਕੌਣ ਦੱਸ ਸਕਦਾ ਜਿਹੜੀਆਂ ਰਸੋਈ ਚਲਾਉਂਦੀਆਂ ਨੇ, ਆਪਣਾ ਪਰਿਵਾਰ ਪਾਲਦੀਆਂ ਨੇ, ਜਿਨ੍ਹਾਂ ਨੇ ਆਪਣੇ ਪੇਟ ਭਰ ਕੇ ਉਹ ਖਾਣਾ ਵੀ ਜਿਹੜਾ ਉਹ ਨਹੀਂ ਦੇ ਪਾਉਂਦੀਆਂ ਸਿਲੰਡਰ ਦੇ ਕਰਕੇ। ਫਿਕਰ ਇਹ ਲੱਗਿਆ ਰਹਿੰਦਾ ਸਿਲੰਡਰ ਨਾ ਖਤਮ ਹੋ ਜਾਵੇ, ਕਿਉਂਕਿ ਸਾਰਾ ਕੁਝ ਹੀ ਸਿਲੰਡਰ 'ਤੇ ਡਿਪੈਂਡ ਕਰਦਾ ਅਤੇ ਇੰਨੀ ਜ਼ਿਆਦਾ ਰੇਟ ਹੋ ਗਿਆ ਸਿਲੰਡਰ ਦਾ ਅਤੇ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਸਿਲੰਡਰ ਵੱਲ ਹੀ ਧਿਆਨ ਰਹਿੰਦਾ ਹਰ ਟਾਈਮ। ਸਟਾਰਟਿੰਗ ਤੋਂ 62 ਰੁਪਏ 84 ਆਪਣਾ, ਮੇਰਾ ਨਾਮ ਇੰਨਾ ਕਹੀ ਜੀ ਕਿ ਜੋ ਕਿ ਇੰਨੀ ਮਹਿੰਗਾਈ ਦੀ ਮਾਰ, 1010 ਰੁਪਏ ਦਾ ਅਸਲੇ ਸਿਲੰਡਰ ਹੈ ਜੋ ਪਹਿਲੇ ਕਾਂਗਰਸ ਸਰਕਾਰ ਦੇ ਵਿੱਚ 365 ਰੁਪਏ ਦਾ ਸੀ। ਅਤੇ ਅਸ ਤੋਂ ਪਹਿਲਾਂ ਰਸੋਈ ਕਿਸ ਤਰ੍ਹਾਂ ਚਲਾਉਣਗੀਆਂ ਅਤੇ ਕਿਸ ਤਰ੍ਹਾਂ ਕੰਮ ਨਹੀਂ ਕਰਨਗੇ? 1000 ਰੁਪਏ ਦਾ ਸਿਲੰਡਰ ਭਰਾਵਾਂਗੇ ਤੇ ਰੋਟੀ ਖਾਵਾਂਗੇ, ਬੱਚੇ ਪਾਲਾਂਗੇ, ਕੀ ਕਰਾਂਗੇ? ਇੱਕ ਪੂਰਾ 1000 ਰੁਪਏ ਦਾ ਸਿਲੰਡਰ ਆ, ਅਤੇ ਜਿਹੜੇ ਹੁਣ ਬਜ਼ੁਰਗ ਨੇ ਉਹ ਕਿੱਥੋਂ ਲੈਣਗੇ 1000 ਰੁਪਏ ਦਾ ਸਿਲੰਡਰ? ਅਤੇ ਨਾ ਚੁੱਲ੍ਹਾ ਬਲਣਾ, ਕੁਛ ਨਹੀਂ ਹੋਣਾ, ਉਹ ਤਾਂ ਲੱਕੜਾਂ ਵੀ ਨਹੀਂ। ਬਹੁਤ ਮੁਸੀਬਤ ਬਣੀ ਹੈ, ਬਹੁਤ ਮੁਸੀਬਤ ਜ਼ਿਆਦੀ ਆ। ਮੋਦੀ ਸਾਹਿਬ ਫ੍ਰੀ ਸਿਲੰਡਰ ਵੰਡੇ ਸੀ, ਉਹ ਜਿਹੜੇ ਫ੍ਰੀ ਸਿਲੰਡਰ ਕਿਤੇ ਇੱਕ ਦੋ ਘਰਾਂ ਨੂੰ ਦੇ ਦਿੱਤੇ ਨੇ, ਤੇ ਬਾਕੀ ਕਿੱਧਰ ਜਾਣ? ਬਾਕੀ ਜਾਂ ਦਾ ਖੂਨ ਸਾਫ ਪਿਆ, ਲੱਗਦੀ ਪਈ ਉਹ ਬਾਕੀ ਜਾਂ ਦਾ ਖੂਨ ਪੀਣ ਡਿਆ। ਪਾਥੀਆਂ ਦੀ ਬੋਰੀ ਵੀ 100 ਰੁਪਏ ਦੀ ਹੋ ਗਈ ਹੁਣ। ਹਾਂ, ਉਹ ਵੀ ਮਿਲਦੀਆਂ, ਪਾਥੀਆਂ ਵੀ ਮਿਲਦੀਆਂ,
ਪਾਥੀਆਂ ਤਾਂ ਮਿਲਦੀਆਂ ਹੀ ਨਹੀਂ, ਪਾਥੀਆਂ ਨਾਲ ਲੱਕੜਾਂ ਮਿਲਦੀਆਂ, ਕੋਲ ਐਡਾ ਮਹਿੰਗਾ, ਕਿੱਥੇ ਕੀ ਬਾਲਣਾ ਪਾਪਾ, ਕਿਸ ਤਰ੍ਹਾਂ ਰਸੋਈ ਚਲਾਣੀ, ਕਿਸ ਤਰ੍ਹਾਂ ਟੱਬਰ ਪਾਲਣੇ ਆ। ਇੱਕ ਦਿਹਾੜੀਦਾਰ 300 ਰੁਪਿਆ 400 ਰੁਪਿਆ ਦਿਹਾੜੀ ਲੈਂਦਾ, ਸਿਲੰਡਰ ਕਿਸ ਤਰ੍ਹਾਂ 1000 ਰੁਪਏ ਦਾ ਲਏਗਾ? ਉਹ ਤਾਂ ਕਦੀ 1 ਲੱਗ ਗਏ, ਕਦੀ 4 ਦਿਨ ਲੱਗ ਗਏ, ਕਦੀ ਲੱਗ ਗਈ ਨਹੀਂ। ਜਿੰਨਾ ਪਹਿਲੇ ਰੇਟ ਸੀ ਸਿਲੰਡਰ ਦਾ 365, ਇਹਨਾਂ ਨੂੰ ਕਰਨੇ ਚਾਹੀਦੇ ਆ।